ਅੱਜ ਪਿਛਲੇ ਦਿਨ ਇੱਕ ਬਿਮਾਰੀ ਆਈ ਸੀ ਕੋਰੋਨਾ ਜੀ ਕੋਰੋਨਾ ਬਿਮਾਰੀ ਆਈ ਸੀ ਕੋਰੋਨਾ ਵਿੱਚ ਕਰੀਬ 2 ਕਰੋੜ ਬੰਦੇ WHO ਦੇ ਮੁਤਾਬਕ ਇਹਨਾਂ ਨੇ ਮਾਰ ਦਿੱਤੇ ਪਤਾ ਕਿਉਂ ਮਾਰੇ ਸੀ ਉਹ ਇਸ ਕਰਕੇ ਮਾਰੇ ਸੀ ਕਿ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਵੈਕਸੀਨਾਂ ਵੇਚਣੀਆਂ ਸੀ ਕੋਰੋਨਾ ਦੇ ਘਰ ਭਰਨ ਵਾਸਤੇ ਉਹਨਾਂ ਨੇ ਉਹ ਬੰਦੇ ਮਾਰੇ ਮੁੜ ਕੇ ਇੱਕ ਲੰਪੀ ਨਾਂ ਦੀ ਬਿਮਾਰੀ ਆਈ ਉਹਦੇ ਵਿੱਚ 10 12 ਲੱਖ ਗਊਆਂ ਮਰ ਗਈਆਂ ਹਿੰਦੁਸਤਾਨ ਦੇ ਵਿੱਚ ਹਾਂਜੀ ਉਹ ਜਿਹੜੀ ਸਾਰਾ ਖੇਡ ਰਚਿਆ ਗਿਆ ਉਹ ਸਾਰਾ ਖੇਡ ਰਚਿਆ ਗਿਆ ਉਹ ਜੇ ਮੇਰੇ ਕੋਲ ਇਹੋ ਜਿਹੇ ਡਾਕੂਮੈਂਟ ਪਏ ਨੇ ICMR ਦੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਅਗਰ ਉਹ ਨੰਗੇ ਹੋ ਜਾਣ ਨਾ ਉਹ ਸਾਰੇ ਉਹ ਬੰਦੇ ਮਰੇ ਨਹੀਂ ਉਹ ਕਤਲ ਕੀਤੇ ਗਏ ਨੇ ਉਹ ਮਰਡਰ ਹੋਏ ਨੇ ਉਹ ਗਊਆਂ ਦੇ ਕਤਲ ਹੋਏ ਨੇ ਇਹ ਸਰਕਾਰ ਨੇ ਬੰਦਿਆਂ ਦੇ ਕਤਲ ਹੀ ਨਹੀਂ ਕੀਤੇ ਤੁਸੀਂ ਦੇਖੋ ਕਿ ਹਿਟਲਰ ਨੇ ਕਹਿੰਦੇ ਬੰਦੇ ਮਾਰੇ ਸੀ 60 ਲੱਖ ਮਾਰੇ ਸੀ ਨਾ ਹਾਂਜੀ ਤੇ ਜੇ ਅਸੀਂ ਕੋਰੋਨਾ ਦਾ ਹੀ ਅੰਕੜਾ ਲੈ ਲਈਏ ਜਿਹੜਾ ਸਰਕਾਰੀ ਇੰਟਰਨੈਸ਼ਨਲ ਜੌਨ ਹੌਪਕਿਨਸ ਯੂਨੀਵਰਸਿਟੀ ਦਾ ਉਹ 70 ਲੱਖ ਹੈ ਯਾਨੀ ਕਿ ਹਿਟਲਰ ਨਾਲੋਂ ਵੀ ਜ਼ਿਆਦਾ ਬੰਦੇ ਇਹਨਾਂ ਨੇ ਮਾਰ ਦਿੱਤੇ ਸਰਕਾਰਾਂ ਨੇ ਹਾਂਜੀ ਕਿਉਂਕਿ ਕਾਰਪੋਰੇਟ ਘਰਾਣੇ ਦੀਆਂ ਵੈਕਸੀਨਾਂ ਵੇਚਣੀਆਂ ਸੀ ਇਹਨਾਂ ਨੇ ਔਰ ਬੜੇ ਗਲਤ ਤਰੀਕੇ ਨਾਲ ਮਾਰੇ ਸਾਹ ਘੁੱਟ ਕੇ ਮਾਰੇ ਕੋਰੋਨਾ ਦੇ ਮਰੀਜ਼ ਨੂੰ ਸਾਹ ਨਹੀਂ ਆਉਂਦਾ ਉਹ ਬਲਗਮ ਭਰੀ ਹੁੰਦੀ ਹੈ ਉਹਦੇ ਸਾਹ ਨਲੀ ਦੇ ਵਿੱਚ ਫੇਫੜਿਆਂ 'ਚ ਪਸ ਭਰੀ ਹੁੰਦੀ ਹੈ ਇਹਨਾਂ ਨੇ ਕੀ ਕੀਤਾ ਉਹਨੂੰ ਕਹਿਣਾ ਚਾਹੀਦਾ ਸੀ ਕਿ ਸਾਹ ਲੈ ਤੂੰ ਲੰਬੇ ਲੰਬੇ ਸਾਹ ਲੈ ਤੂੰ ਮੂੰਹ ਖੋਲ ਕੇ ਸਾਹ ਲੈ ਇਹਨਾਂ ਨੇ ਕੀ ਕੀਤਾ ਮਾਸਕ ਲਾਤੇ ਜਿਹੜੀ ਮਾੜੀ ਮੋਟੀ ਹਵਾ ਜਾਂਦੀ ਸੀ ਬੰਦ ਕਰ ਦਿੱਤੀ ਹੋ ਗਈ ਬੰਦਾ ਸਾਹ ਘੁੱਟ ਕੇ ਤੜ ਤੜ ਕੇ ਮਰਿਆ ਦੂਜਾ ਇਹਨਾਂ ਨੇ ਗਲਤ ਦਵਾਈਆਂ ਵਰਤੀਆਂ ਰੈਮਡੇਸਿਵਿਰ ਫੈਵੀਪੀਰਾਵਿਰ ਵਰਗੀਆਂ ਜਿਨ੍ਹਾਂ ਨੂੰ ਖੁਦ WHO ਨੇ ਮੰਨਿਆ ਕਿ ਉਹ ਦਵਾਈਆਂ ਗਲਤ ਸੀ ਇਹਨਾਂ ਨੇ ਉਸ ਤਰੀਕੇ ਨਾਲ ਵੀ ਬੰਦੇ ਮਾਰੇ ਮੁੜ ਕੇ ਵੈਕਸੀਨਾਂ ਇਹਨਾਂ ਨੇ ਉਹ ਲਾਈਆਂ ਲੋਕਾਂ ਨੂੰ ਜਿਹੜੀਆਂ ਘਟੀਆਂ ਵੈਕਸੀਨਾਂ ਜਿਹੜੀਆਂ ਕਹਿਣ ਦਾ ਮਤਲਬ ਬਣਨੀਆਂ ਹੀ ਨਹੀਂ ਚਾਹੀਦੀਆਂ ਜਿਹੜੀਆਂ ਚਾਰ ਚਾਰ ਲੱਗੀਆਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨੂੰ ਰੱਖਿਆ ਮੰਤਰੀ ਨੂੰ ਡਾਕਟਰ ਫੌਚੀ ਨੂੰ ਸਾਰਿਆਂ ਨੂੰ ਲੱਗੀਆਂ ਫਿਰ ਉਹਨਾਂ ਨੂੰ ਕੋਰੋਨਾ ਹੋ ਗਿਆ ਕਹਿਣ ਦਾ ਮਤਲਬ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਘਰ ਭਰੇ ਨੇ ਹੁਣ ਇਹਨਾਂ ਨੇ ਬੰਦੇ ਮਾਰੇ ਨੇ ਗਊਆਂ ਮਾਰੀਆਂ ਨੇ ਸਾਡੇ ਮੁਲਕ ਵਿੱਚ 85% ਆਬਾਦੀ ਜਿਹੜੀ ਹੈ ਨਾ ਉਹ ਗਊ ਨੂੰ ਮਾਤਾ ਮੰਨਦੀ ਆ ਤੇ ਮੈਂ ਇਹ ਕਹਿਣਾ ਜ਼ੋਰ ਦੇ ਕੇ ਮੈਂ ਤੇ ਕਹਿੰਦਾ ਹੁੰਦਾ ਕਿ ਇਹ ਇਨਕਲਾਬ ਆਉਣ ਵਾਲਾ ਇਹ ਰਾਜ ਪਲਟਾ ਹੋਣ ਵਾਲਾ ਇੱਥੇ ਸੱਤਾ ਸਿਸਟਮ ਬਦਲਣ ਵਾਲਾ ਕਿਉਂਕਿ ਇਹ ਗਊਆਂ ਦਾ ਹਥਿਆਰਾ ਸਿਸਟਮ ਹੈ ਇਹ ਸਰਕਾਰ ਗਊਆਂ ਦੀ ਹਥਿਆਰੀ ਆ ਇਹਨਾਂ ਨੇ ਬਹੁਤ ਬੜੀਆਂ ਗਲਤੀਆਂ ਕੀਤੀਆਂ ਨੇ ਇਹਨਾਂ ਦਾ ਬੇੜਾ ਗਰਕ ਹੋਣਾ ਇਹਨਾਂ ਦਾ ਮਲੀਆਂ ਮੇਟ ਹੋ ਜਾਣਾ ਇਹਨਾਂ ਨੇ ਦੁਨੀਆ ਤੋਂ ਉੱਠ ਜਾਣਾ ਇਹਨਾਂ ਦਾ ਟਾਈਮ ਹੁਣ ਖਤਮ ਹੋ ਜੀ ਸਰ ਤੁਹਾਡੇ ਵਿਚਾਰਾਂ ਤੋਂ ਲੱਗਦਾ ਹੈ ਨਾ ਪੰਜਾਬ ਦੀ ਜਿਹੜੀ ਚਿੰਤਾ ਜ਼ਾਹਿਰ ਹੋ ਰਹੀ ਹੈ ਜਿਵੇਂ ਕਹਿ ਦਿੰਦੇ ਆਪਾਂ ਚਿੱਟੇ ਨਾਲ ਨੌਜਵਾਨੀ ਮਰ ਰਹੀ ਹੈ ਹਨਾ ਜੀ ਉਸੇ ਤਰ੍ਹਾਂ ਹੀ ਇਸੇ ਏਰੀਏ ਦਾ ਪਾਣੀ ਹੈ ਜੀ ਲੋਕ ਪਾਣੀ ਪੀ ਰਹੇ ਆ ਤੇ ਮਰ ਰਹੇ ਆ ਇਹ ਜਿਹੜਾ ਦੇਖੋ ਚਿੱਟੇ ਬਾਰੇ ਤੁਹਾਨੂੰ ਦੱਸੀਏ ਚਿੱਟਾ ਦੇ ਇੱਕ ਬਹੁਤ ਬੜਾ ਸਕੈਂਡਲ ਹੈ ਜੀ ਚਿੱਟਾ ਤੇ ਉਹ ਕੈਮੀਕਲ ਹੁੰਦੇ ਆ ਉਹ ਕੈਮੀਕਲ 1000-1000 2000 ਰੁਪਏ ਦੇ ਹੁੰਦੇ ਆ ਇਹ ਕਹਿ ਦਿੰਦੇ ਆ ਜੀ ਅਸੀਂ 5 ਕਰੋੜ ਦੀ ਡਰੱਗ ਪਕੜ ਲਈ ਇਹ ਨਹੀਂ ਦੱਸਣਗੇ 2000 ਦੀ ਪਕੜੀ ਆ ਗਲੈਮਰਾਈਜ਼ ਕਰਦੇ ਆ ਗਲੈਮਰਾਈਜ਼ ਕਰਕੇ ਉਹ ਇਹਨਾਂ ਨੇ ਇੱਕ ਇੰਡਸਟਰੀ ਖੜੀ ਕੀਤੀ ਆ ਸਰਕਾਰ ਨੇ ਜਿਹੜਾ ਵਪਾਰ ਆ ਨਾ ਚਿੱਟੇ ਦਾ ਉਹ ਚਿੱਟੇ ਦਾ ਵਪਾਰ ਉਹਨਾਂ ਖਤਰਨਾਕ ਨਹੀਂ ਹੈਗਾ ਜਿਹੜੀ ਉਹਦੀ ਰਿਕਵਰੀ ਆ ਉਹ ਡਬਲ ਖਤਰਨਾਕ ਹੈ ਹੈ ਇਹ ਕਹਿਣਗੇ ਜੀ 50 ਕਰੋੜ ਦੀ ਡਰੱਗ ਪਕੜ ਲਈ ਅਸੀਂ ਇਹ ਨਹੀਂ ਦੱਸਣਗੇ ਸਾਰੀ ਉਹ 5000 ਰੁਪਏ ਦੀ ਜਾਂ 10000 ਰੁਪਏ ਦੀ ਇਹਨਾਂ ਨੇ ਗਲੈਮਰਾਈਜ਼ ਕੀਤੀਆਂ ਨੇ ਚੀਜ਼ਾਂ ਇਹਨਾਂ ਨੇ ਗਲੈਮਰਾਈਜ਼ ਕਰਕੇ ਚਿੱਟਾ ਜਿਹੜਾ ਫੈਲਾਇਆ